ਕਿਸਾਨ ਦੋਸਤੋ, ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ 6 ਜੂਨ 2021 ਤੱਕ ਦਾ ਮੌਸਮ ਦੇਖਾਂਗੇ ਅਤੇ ਜੋ ਮੌਜੂਦਾ ਸਿਸਟਮ ਹੈ ਇਹ ਅਗਲੇ 2 ਤੋਂ 3 ਦਿਨ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਵੇਂ ਕਿ ਅੱਜ ਮਤਲਬ ਕਿ 2 ਜੂਨ 2021 ਦੀ ਸ਼ਾਮ ਨੂੰ ਇਹ ਵੀਡੀਓ ਬਣ ਰਹੀ ਹੈ ਤਾਂ ਬੀਕਾਨੇਰ ਤੋਂ ਲੈ ਕੇ ਗੰਗਾਨਗਰ ਹਨੂੰਮਾਨਗੜ੍ਹ ਤੱਕ ਧੂੜ ਭਰੀ ਹਨੇਰੀ ਅਤੇ ਵਰਖਾ ਦੀ ਸੰਭਾਵਨਾ ਬਣੀ ਹੋਈ ਹੈ। ਹਰਿਆਣਾ ਦੇ ਕੁਝ ਏਰੀਆ ਦੇ ਵਿੱਚ ਅਤੇ ਪੂਰਬੀ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਏਰੀਏ ਦੇ ਵਿੱਚ ਵੀ ਵਰਖਾ ਦੀ ਸੰਭਾਵਨਾ ਬਣੀ ਹੋਈ ਹੈ। ਦੋਸਤੋ, ਇੱਕ ਚੀਜ਼ ਇੱਥੇ ਨੋਟ ਕਰਨ ਵਾਲੀ ਹੈ ਕਿ ਜਿਹੜੀ ਪ੍ਰੀ ਮਾਨਸੂਨ ਵਰਖਾ ਹੁੰਦੀ ਹੈ ਇਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਤਾਪਮਾਨ ਵੱਧਦਾ ਹੈ ਅਤੇ ਨਮੀ, ਤੁਸੀਂ ਇਹ ਦੇਖ ਹੀ ਰਹੇ ਹੋ ਕਿ ਦੇਖੋ ਅਰਬ ਸਾਗਰ ਤੋਂ ਹਵਾਵਾਂ ਆ ਰਹੀਆਂ, ਇਹ ਨਮੀ ਦੇ ਰਹੀਆਂ ਅਤੇ ਤਾਪਮਾਨ ਵੱਧਦਾ, ਅਚਾਨਕ ਗਰਜ ਚਮਕ ਵਾਲੇ ਬੱਦਲ ਬਣਦੇ ਹੈ ਅਤੇ ਉਹ ਬੱਦਲ ਬਣ ਕੇ ਕਿਤੇ ਵੀ ਵਰ ਜਾਂਦੇ ਹੈ। ਜੇ ਆਪਾਂ ਗੱਲ ਕਰਾਂਗੇ, ਮੰਨ ਲਓ ਕਿ ਮੇਰਾ ਫਿਰੋਜ਼ਪੁਰ ਜ਼ਿਲ੍ਹਾ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ 'ਚ ਵਰਖਾ ਹੋਏਗੀ, ਤਾਂ ਇਹ ਨਹੀਂ ਹੁੰਦਾ ਕਿ ਪੂਰਾ ਫਿਰੋਜ਼ਪੁਰ ਜ਼ਿਲ੍ਹਾ ਕਵਰ ਹੋਵੇ। ਇਹ ਹੋ ਸਕਦਾ ਕਿ ਕੋਈ 5-10 ਪਿੰਡ ਇੱਕ ਪਾਸੇ ਕਵਰ ਹੋ ਜਾਣ ਅਤੇ ਇਸ ਵਰਖਾ ਦੀ ਪ੍ਰੋਡਕਸ਼ਨ ਜ਼ਿਆਦਾਤਰ ਜਿਹੜਾ ਹੈਗਾ ਇਹ ਆਪਾਂ ਇਹਨੂੰ ਸਹੀ ਨਹੀਂ ਕਹਾਂਗੇ ਕਿਉਂਕਿ ਇਹ 'ਚ ਉਲਟ ਫੇਰ ਹੋ ਜਾਂਦਾ ਹੈ। ਤਾਂ ਮੈਂ ਸ਼ੁਰੂ ਕਰਦਾ ਦੋਸਤੋ, ਇਸ ਸਮੇਂ ਜਿਹੜਾ ਪੱਛਮੀ ਡਿਸਟਰਬੈਂਸ ਅੱਗੇ ਨਿਕਲ ਚੁੱਕਾ, ਇਹ ਵਾਲੀ ਉਹ ਬਦਲੀ ਹੈ ਜਿਹੜੀ ਕਿ 2 ਅਤੇ 3 ਜੂਨ 2021 ਦੀ ਦਰਮਿਆਨੀ ਰਾਤ ਨੂੰ ਜਿਹੜਾ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਹਿੱਸੇ ਦੇ ਵਿੱਚ ਵਰਖਾ ਕਰੇਗੀ। ਪੰਜਾਬ ਦੇ ਇਹਨਾਂ ਉੱਪਰਲੇ ਹਿੱਸਿਆਂ ਦੇ ਵਿੱਚ ਵੀ ਵਰਖਾ ਇਹ ਦੇ ਸਕਦੀ ਹੈ। ਭਾਰਤੀ ਮੌਸਮ ਵਿਭਾਗ ਦਾ ਵੈਦਰ ਫੋਰਕਾਸਟ ਬੁਲੇਟਿਨ ਹੈ ਜਿਹੜਾ ਕਿ 2 ਜੂਨ ਨੂੰ ਸ਼ਾਮ ਦੇ 7:30 ਵਜੇ ਜਾਰੀ ਹੋਇਆ, ਉਹਦੀ ਸਹਾਇਤਾ ਲੈ ਰਹੇ ਹਾਂ। ਆਉਣ ਵਾਲੀ ਵਰਖਾ ਦੀ ਜਿਹੜੀ ਉਮੀਦ ਹੈ 9-10 ਜੂਨ ਅਤੇ 15-16 ਜੂਨ 2021 ਦੇ ਨੇੜੇ ਦੁਬਾਰਾ ਫਿਰ ਉਮੀਦ ਹੈਗੀ ਹੈ। ਅਤੇ ਆਪਾਂ ਜੇ ਦੇਖੀਏ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਪੱਛਮੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, 2, 3, 4 ਅਤੇ 5 ਜੂਨ 2021 ਦੇ ਦਰਮਿਆਨ 25% ਏਰੀਏ ਦੇ ਵਿੱਚ ਹਲਕੀ ਤੋਂ ਕਿਤੇ ਕਿਤੇ ਦਰਮਿਆਨੀ ਵਰਖਾ ਵੀ ਹੋ ਸਕਦੀ ਹੈ। ਹਰਿਆਣਾ, ਚੰਡੀਗੜ੍ਹ, ਦਿੱਲੀ 2 ਦੀ ਰਾਤ 3 ਅਤੇ 4 ਜੂਨ 2021 ਦੇ ਦਰਮਿਆਨ 25% ਏਰੀਏ ਦੇ ਵਿੱਚ ਵਰਖਾ ਹੋ ਸਕਦੀ ਹੈ। ਮਾਨਸੂਨ ਦੀ ਸਥਿਤੀ ਜੇ ਦੇਖੀਏ ਆਪਾਂ ਤਾਂ ਪ੍ਰਾਈਵੇਟ ਵੈਦਰ ਏਜੰਸੀ ਹੈ ਸਕਾਈਮੈਟ, ਉਹਨਾਂ ਦੇ ਅਨੁਸਾਰ ਮਾਨਸੂਨ 30 ਅਤੇ 31 ਮਈ 2021 ਦੇ ਦਰਮਿਆਨ ਕੇਰਲਾ ਪਹੁੰਚ ਚੁੱਕਾ ਹੈ। ਪਰੰਤੂ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਮਾਨਸੂਨ ਨੂੰ ਘੋਸ਼ਿਤ ਕਰਨ ਦੇ ਜੋ ਪੈਮਾਨੇ ਹੈ ਉਹ ਸਾਰੇ ਪੈਮਾਨੇ ਹਜੇ ਪੂਰੇ ਨਹੀਂ ਹੋਏ। ਇਹ ਨਹੀਂ ਕਿ ਕੇਰਲ ਦੇ ਵਿੱਚ ਵਰਖਾ ਨਹੀਂ ਹੋ ਰਹੀ, ਵਰਖਾ ਹੋ ਰਹੀ ਹੈ, ਪਰੰਤੂ ਜੋ ਪੈਮਾਨੇ ਰੱਖੇ ਗਏ ਆ ਉਹ ਸਾਰੇ ਪੂਰੇ ਨਹੀਂ ਹੋਏ। ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਸਥਿਤੀ ਦੇ ਹਿਸਾਬ ਨਾਲ ਲੱਗਦਾ ਕਿ 3 ਜੂਨ 2021 ਨੂੰ ਸਾਰੀਆਂ ਪ੍ਰਸਥਿਤੀਆਂ, ਸਾਰੇ ਪੈਮਾਨੇ ਪੂਰੇ ਹੋਣ ਦੇ ਨਾਲ ਨਾਲ ਕੇਰਲਾ ਵਿਖੇ ਮਾਨਸੂਨ ਪਹੁੰਚਣ ਦਾ ਐਲਾਨ ਵੀ ਹੋ ਜਾਏਗਾ। ਤਾਂ ਦੋਸਤੋ, ਜੇਕਰ ਅਸੀਂ ਮੀਡੀਆ ਰਿਪੋਰਟ ਜੋ ਚੰਡੀਗੜ੍ਹ ਤੋਂ ਜਾਰੀ ਹੋਈ ਹੈ ਉਹ ਦੇਖੀਏ ਤਾਂ ਇਹਨਾਂ ਨੇ 2 ਦੀ ਰਾਤ ਅਤੇ 3 ਜੂਨ 2021 ਦੇ ਲਈ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਹਲਕੀ ਵਰਖਾ, ਥੰਡਰਸਟੋਰਮ ਅਤੇ ਤੇਜ਼ ਹਵਾ ਚੱਲਣ ਦੀ ਵਾਰਨਿੰਗ ਦਿੱਤੀ ਹੈ। ਨਾਲ ਹੀ ਇਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਅਗਲੇ 96 ਘੰਟਿਆਂ ਦੇ ਵਿੱਚ ਕੁਝ ਥਾਵਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਨਾਲ ਥੰਡਰਸਟੋਰਮ ਹੋ ਸਕਦੀ ਹੈ ਅਤੇ ਉਸ ਤੋਂ ਬਾਅਦ 'ਚ ਇੱਕ ਵਾਰੀ ਮੌਸਮ ਖੁਸ਼ਕ ਹੋ ਜਾਏਗਾ। ਹਰਿਆਣਾ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਗਲੇ 72 ਘੰਟੇ ਹਲਕੀ ਤੋਂ ਦਰਮਿਆਨੀ ਵਰਖਾ ਕੁਝ ਹਿੱਸੇ 'ਚ ਹੋ ਸਕਦੀ ਹੈ, ਉਸ ਤੋਂ ਬਾਅਦ 'ਚ ਇੱਕ ਵਾਰੀ ਮੌਸਮ ਖੁਸ਼ਕ ਹੋ ਜਾਏਗਾ। ਪੰਜਾਬ ਦੇ ਵਿੱਚ ਜੇ ਜ਼ਿਲ੍ਹੇਵਾਰ ਗੱਲ ਕਰੀਏ, ਪਠਾਨਕੋਟ ਇੱਥੇ 2, 3 ਅਤੇ 4 ਜੂਨ 2021 ਦੇ ਦਰਮਿਆਨ 25% ਹਿੱਸੇ 'ਚ ਵਰਖਾ ਹੋ ਸਕਦੀ ਹੈ। ਗੁਰਦਾਸਪੁਰ 3 ਜੂਨ 2021 ਨੂੰ, ਸ਼੍ਰੀ ਅੰਮ੍ਰਿਤਸਰ ਸਾਹਿਬ 5 ਜੂਨ 2021, ਤਰਨ ਤਾਰਨ 4 ਅਤੇ 5 ਜੂਨ, ਹੁਸ਼ਿਆਰਪੁਰ 2, 3 ਅਤੇ 4 ਜੂਨ ਦੇ ਦਰਮਿਆਨ 25% ਏਰੀਏ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ। ਨਵਾਂਸ਼ਹਿਰ ਇਸ ਸਮੇਂ ਡਰਾਈ ਰਹਿ ਸਕਦਾ ਹੈ। ਕਪੂਰਥਲਾ, ਜਲੰਧਰ 5 ਜੂਨ 2021 ਨੂੰ 25% ਹਿੱਸੇ 'ਚ ਹਲਕੀ ਵਰਖਾ ਹੋ ਸਕਦੀ ਹੈ। ਫਿਰੋਜ਼ਪੁਰ, ਫਾਜ਼ਿਲਕਾ 2 ਜੂਨ 2021 ਦੀ ਰਾਤ ਅਤੇ 4 ਜੂਨ 2021 ਨੂੰ
25% हिस्से दे विच हल्की वर्खा हो सकती है। फरीदकोट 2 दी रात अते 5 जून, श्री मुक्तसर साहब 2 अते 3 जून नूं 25% हिस्से दे विच हल्की वर्खा हो सकती है। मोगा खुश्क रह सकदा है। बठिंडा 2 दी रात अते 3 ते नाल 5 जून 2021 नूं 25% हिस्से च वर्खा हो सकती है। दोस्तों लुधियाना 5 जून ਨੂੰ 25% ਹਿੱਸੇ 'ਚ ਵਰਖਾ ਹੋ ਸਕਦੀ ਹੈ। ਬਰਨਾਲਾ ਖੁਸ਼ਕ ਰਹਿ ਸਕਦਾ ਹੈ। ਮਾਨਸਾ 2 ਅਤੇ 3 ਜੂਨ ਦੇ ਦਰਮਿਆਨ ਵਰਖਾ ਹੋ ਸਕਦੀ ਹੈ। ਸੰਗਰੂਰ ਖੁਸ਼ਕ ਰਹਿ ਸਕਦਾ ਹੈ। ਫਤਿਹਗੜ੍ਹ ਸਾਹਿਬ ਖੁਸ਼ਕ ਰਹਿ ਸਕਦਾ ਹੈ। ਰੂਪਨਗਰ 2 ਅਤੇ 3 ਜੂਨ ਦੇ ਦਰਮਿਆਨ ਵਰਖਾ ਹੋ ਸਕਦੀ ਹੈ। ਪਟਿਆਲਾ ਖੁਸ਼ਕ ਰਹਿ ਸਕਦਾ ਹੈ ਅਤੇ SS ਨਗਰ ਵੀ ਇਸ ਸਮੇਂ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮੀ ਵਾਰਨਿੰਗ ਜਿਹੜੀ ਹੈਗੀ ਹੈ ਇਹ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਵਿੱਚ 2 ਦੀ ਰਾਤ ਅਤੇ 3 ਜੂਨ 2021 ਦੇ ਦਰਮਿਆਨ ਥੰਡਰਸਟੋਰਮ ਅਤੇ ਬਿਜਲੀ ਲਿਸ਼ਕਣ ਦੀ ਵਾਰਨਿੰਗ ਹੈ। ਫਿਰੋਜ਼ਪੁਰ 2 ਅਤੇ 3 ਦੇ ਦਰਮਿਆਨ ਥੰਡਰਸਟੋਰਮ, ਬਿਜਲੀ ਲਿਸ਼ਕਣ ਅਤੇ ਤੇਜ਼ ਹਵਾ ਦੀ ਯੈਲੋ ਵਾਰਨਿੰਗ ਹੈ। ਸ਼੍ਰੀ ਮੁਕਤਸਰ ਸਾਹਿਬ ਬਠਿੰਡਾ 2 ਅਤੇ 3 ਜੂਨ ਦੇ ਦਰਮਿਆਨ ਇਹ ਯੈਲੋ ਵਾਰਨਿੰਗ ਜਾਰੀ ਹੋਈ ਹੈ। ਮਾਨਸਾ ਰੂਪਨਗਰ 2 ਅਤੇ 3 ਜੂਨ 2021 ਦੇ ਦਰਮਿਆਨ ਯੈਲੋ ਵਾਰਨਿੰਗ ਹੈ। ਬਾਕੀ ਸਾਰਾ ਪੰਜਾਬ ਗ੍ਰੀਨ 'ਚ ਹੈ, ਕਿਸੇ ਕਿਸਮ ਦੀ ਕੋਈ ਵਾਰਨਿੰਗ ਨਹੀਂ ਹੈਗੀ। ਕੇਂਦਰ ਸ਼ਾਸਿਤ ਚੰਡੀਗੜ੍ਹ ਖੁਸ਼ਕ ਰਹਿਣ ਦੀ ਸੰਭਾਵਨਾ 6 ਜੂਨ ਤੱਕ ਅਤੇ ਇੱਥੇ ਕਿਸੇ ਕਿਸਮ ਦੀ ਕੋਈ ਵਾਰਨਿੰਗ ਜਾਰੀ ਨਹੀਂ ਹੋਈ। ਹਰਿਆਣਾ ਦੀ ਗੱਲ ਕਰੀਏ ਤਾਂ ਕੈਥਲ, ਕਰਨਾਲ, ਕੁਰਕਸ਼ੇਤਰ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਯਮੁਨਾਨਗਰ 3 ਜੂਨ, ਅੰਬਾਲਾ 3 ਜੂਨ, ਪੰਚਕੂਲਾ 2 ਅਤੇ 3 ਜੂਨ ਦੇ ਦਰਮਿਆਨ 25% ਏਰੀਏ ਦੇ ਵਿੱਚ ਵਰਖਾ ਹੋ ਸਕਦੀ ਹੈ। ਮਹਿੰਦਰਗੜ੍ਹ ਰਿਵਾਰੀ 2 ਅਤੇ 3 ਜੂਨ 2021 ਦੇ ਦਰਮਿਆਨ 25% ਹਿੱਸੇ 'ਚ ਵਰਖਾ ਦੀ ਸੰਭਾਵਨਾ ਹੈ। ਝੱਜਰ ਖੁਸ਼ਕ ਰਹਿ ਸਕਦਾ ਹੈ। ਗੁਰੂਗ੍ਰਾਮ 2 ਅਤੇ 3 ਦੇ ਦਰਮਿਆਨ 25% ਏਰੀਏ 'ਚ ਵਰਖਾ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਖੁਸ਼ਕ ਰਹਿ ਸਕਦਾ ਹੈ। ਮੇਵਾਤ, ਪਲਵਲ 2 ਅਤੇ 3 ਜੂਨ ਦੇ ਦਰਮਿਆਨ 25% ਹਿੱਸੇ 'ਚ ਵਰਖਾ ਹੋ ਸਕਦੀ ਹੈ। ਫਰੀਦਾਬਾਦ 2 ਅਤੇ 3 ਜੂਨ ਦੇ ਦਰਮਿਆਨ। ਰੋਹਤਕ ਖੁਸ਼ਕ ਰਹਿ ਸਕਦਾ ਹੈ। ਸੋਨੀਪਤ ਖੁਸ਼ਕ ਰਹਿ ਸਕਦਾ ਹੈ। ਪਾਣੀਪਤ ਵੀ ਖੁਸ਼ਕ ਰਹਿ ਸਕਦਾ ਹੈ। ਸਿਰਸਾ, ਫਤਿਹਾਬਾਦ 2 ਅਤੇ 3 ਜੂਨ ਦੇ ਦਰਮਿਆਨ 25% ਹਿੱਸੇ 'ਚ ਵਰਖਾ ਹੋ ਸਕਦੀ ਹੈ। ਹਿਸਾਰ 2 ਦੀ ਰਾਤ 3 ਅਤੇ 4 ਜੂਨ 2021 ਨੂੰ 25% ਹਿੱਸੇ 'ਚ ਵਰਖਾ ਹੋ ਸਕਦੀ ਹੈ। ਜੀਂਦ ਖੁਸ਼ਕ ਰਹਿ ਸਕਦਾ ਹੈ। ਭਿਵਾਨੀ 2 ਦੀ ਰਾਤ 3 ਅਤੇ 4 ਜੂਨ 2021 ਨੂੰ ਹਲਕੀ ਵਰਖਾ ਹੋ ਸਕਦੀ ਹੈ। ਚਰਖੀ ਦਾਦਰੀ ਵਿੱਚ 2 ਦੀ ਰਾਤ ਅਤੇ 3 ਜੂਨ 2021 ਨੂੰ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮੀ ਵਾਰਨਿੰਗ ਜਿਹੜੀ ਹੈਗੀ ਹੈ ਪੰਚਕੂਲਾ ਦੇ ਵਿੱਚ 2 ਅਤੇ 3 ਜੂਨ ਦੇ ਦਰਮਿਆਨ ਯੈਲੋ ਵਾਰਨਿੰਗ ਹੈ। ਮਹਿੰਦਰਗੜ੍ਹ ਰਵਾਰੀ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ 2 ਅਤੇ 3 ਜੂਨ 2021 ਦੇ ਦਰਮਿਆਨ ਥੰਡਰਸਟੋਰਮ, ਤੇਜ਼ ਹਵਾ ਅਤੇ ਲਾਈਟਿੰਗ ਦੀ ਯੈਲੋ ਵਾਰਨਿੰਗ ਹੈ। ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਚਰਖੀ ਦਾਦਰੀ 2 ਅਤੇ 3 ਜੂਨ 2021 ਦੇ ਦਰਮਿਆਨ ਜਿਹੜਾ ਥੰਡਰਸਟੋਰਮ ਲਾਈਟਿੰਗ ਦੀ ਯੈਲੋ ਵਾਰਨਿੰਗ ਜਾਰੀ ਹੋਈ ਹੈ। ਤਾਂ ਇਸ ਤੋਂ ਬਾਅਦ ਦੇ ਵਿੱਚ ਗੱਲ ਕਰਾਂਗਾ ਗੰਗਾਨਗਰ ਹਨੂੰਮਾਨਗੜ੍ਹ ਦੀ। ਗੰਗਾਨਗਰ ਹਨੂੰਮਾਨਗੜ੍ਹ ਦੇ ਵਿੱਚ ਅੱਜ ਧੂੜ ਭਰੀ ਹਨੇਰੀ ਚੱਲੀ ਹੈ, 3 ਜੂਨ 2021 ਨੂੰ ਵੀ ਚੱਲ ਸਕਦੀ ਹੈ। 4 ਅਤੇ 5 ਜੂਨ ਨੂੰ ਜਿਹੜਾ ਹੈਗਾ ਇਹ ਸਿਸਟਮ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਏਗਾ। ਗੰਗਾਨਗਰ ਦੀ ਗੱਲ ਸੀ ਇਹ। ਹਨੂੰਮਾਨਗੜ੍ਹ ਦੇ ਵਿੱਚ ਜੇਕਰ ਅਸੀਂ ਗੱਲ ਕਰਾਂਗੇ ਤਾਂ ਸੇਮ ਹੀ ਹਨੂੰਮਾਨਗੜ੍ਹ ਦੇ ਵਿੱਚ ਵੀ ਰਹੇਗਾ ਅਤੇ ਤਾਪਮਾਨ ਇਹਨਾਂ ਦੇ ਜਿਹੜੇ ਹੈਗੇ ਆ 40 ਡਿਗਰੀ ਤੱਕ ਪਹੁੰਚਣਗੇ। ਪਹਿਲਾਂ ਤਾਪਮਾਨ ਕਾਫੀ ਵੱਧ ਚੁੱਕੇ ਸੀਗੇ, ਗਰਮੀ ਤੋਂ ਇਹਨਾਂ ਨੂੰ ਹੁਣ ਰਾਹਤ ਹੈ ਕਿਉਂਕਿ ਅੱਜ 2 ਜੂਨ ਨੂੰ ਵੀ ਇੱਥੇ ਵਰਖਾ ਹੋਈ ਹੈ। ਇਹ ਵਰਖਾ ਅਤੇ ਹਨੇਰੀ ਜੈਸਲਮੇਰ ਤੋਂ ਚੱਲ ਕੇ ਜਿਹੜਾ ਕਾਫੀ ਏਰੀਆ ਇਸਨੇ ਕਵਰ ਕੀਤਾ ਅਤੇ ਜੋ ਅਗਲਾ ਸਿਸਟਮ ਨਾਲ ਮਿਲ ਰਿਹਾ ਉਹ ਵੀ ਰਾਜਸਥਾਨ ਦੇ ਉੱਪਰ ਵਰਖਾ ਦਾ ਕਾਰਨ ਬਣ ਰਿਹਾ ਹੈ। ਤਾਂ ਦੋਸਤੋ ਇਹ ਸੀ ਭਾਰਤੀ ਮੌਸਮ ਵਿਭਾਗ ਦਿੱਲੀ, ਇਹਨਾਂ ਦਾ ਖੇਤਰੀ ਦਫ਼ਤਰ ਚੰਡੀਗੜ੍ਹ, ਜੈਪੁਰ ਅਤੇ ਲਖਨਊ ਦੀ ਸਹਾਇਤਾ ਦੇ ਨਾਲ ਮੌਸਮ ਦੀ ਜਾਣਕਾਰੀ। ਅਤੇ ਇਸ ਦੇ ਵਿੱਚ ਜੋ ਵੀ ਕੋਈ ਨਵੀਂ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਊਗੀ। ਮੌਜੂਦਾ ਸਿਸਟਮ ਨੂੰ ਦੇਖਦੇ ਹੋਏ ਜਿਵੇਂ ਕਿ ਅਸੀਂ ਇਹ ਗ੍ਰਾਫ ਹੀ ਦੇਖ ਰਹੇ ਹਾਂ ਤਾਂ ਇਸ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਹੈ ਕਿ 10 ਤਰੀਕ ਦੇ ਨੇੜੇ ਇਹ ਇੱਕ ਬੱਦਲਾਂ ਦੀ ਟਰਫ ਰੇਖਾ ਇਸ ਤਰੀਕੇ ਦੇ ਨਾਲ ਜਾਏਗੀ ਅਤੇ ਇਸ ਦੇ ਕਰਕੇ ਫਿਰ ਇੱਕ ਵਾਰੀ 9-10 ਦੇ ਨੇੜੇ ਇਹ ਟਰਫ ਜਦੋਂ ਪੰਜਾਬ ਦੇ ਉੱਤੇ ਆ ਰਹੀ ਹੈ
ਇਹ ਵਾਲੀ ਟਰਫ ਤੁਸੀਂ ਦੇਖ ਰਹੇ ਹੋ ਇਹ ਲਾਈਨ, ਤਾਂ ਇਹਦੇ ਕਰਕੇ ਫਿਰ ਇੱਕ ਵਰਖਾ ਦੀ ਸੰਭਾਵਨਾ ਇੱਥੇ ਬਣ ਰਹੀ ਹੈ। ਇਸ ਤੋਂ ਅੱਗੇ 15 ਅਤੇ 16 ਜੂਨ 2021 ਦੇ ਦਰਮਿਆਨ ਫਿਰ ਵਰਖਾ ਦੀ ਸੰਭਾਵਨਾ ਬਣਦੀ ਹੈ। ਤਾਂ ਜੋ ਵੀ ਕੋਈ ਇਸ ਸੰਬੰਧੀ ਭਾਰਤੀ ਮੌਸਮ ਵਿਭਾਗ ਦੀ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਊਗੀ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।